अंदोलन कलुंज के रखा आंदोलन किसी तरह भी हड़ा भावना तबड़ी के नहीं आने दिता। इन्ना कुछ कहता है मैं खिमा तो जा चुका समा 3 मिनट तक ही। वाहगुरु जी का खालसा वाहगुरु जी की फतेह। जथेदार गुरदेव सिंह जी वालसवाला 3 मिनटां दे विच ही बहुत स्ट्रोंग मैसेज आपां नूं दे गए। असीं धन्नवाद करते हैं जिन्होंने सीमित समय दे विच अपनी गल नूं रखिया, और धन्नवाद समुची मीडिया का जिहड़े इस अंदोलन नूं दुनिया के खूंजे खूंजे दे विच कोने कोने जा जिहड़ी कठपुतली मोदी दी हुंदी है इत्थे नूं वेख के जिहड़ा तरलो मच्छी होया फिरदा ਉਹ ਅਲੱਗ ਅਲੱਗ ਤਾਂਤਾ ਇਸ ਕਿਸਾਨ ਅੰਦੋਲਨ ਦੇ ਉੱਪਰ ਲਗਾਉਂਦਾ। ਹੱਦ ਤਾਂ ਉਦੋਂ ਹੋ ਗਈ, ਤੁਸੀਂ ਸਾਰੇ ਇੱਕ ਸੰਸਥਾ ਤੋਂ ਬੜੀ ਚੰਗੀ ਤਰ੍ਹਾਂ ਜਾਣੂ। ਜਿੱਥੇ ਵੀ ਦੁਨੀਆ 'ਚ ਭੀੜ ਪਈ, ਮੁਸੀਬਤ ਆਈ, ਤਾਂ ਇੱਕ ਜਥੇਬੰਦੀ ਨੇ ਹਮੇਸ਼ਾ ਜਿਹੜਾ ਨਾ ਕੇਵਲ ਸਿੱਖਾਂ ਦਾ ਬਲਕਿ ਮਾਨਵਤਾ ਦਾ ਜਿਹੜਾ ਨਾਮ ਹੈ ਉਹ ਉੱਚਾ ਕੀਤਾ, ਉਹ ਹੈ ਖਾਲਸਾ ਏਡ। ਇਹਨਾਂ ਨੇ ਗੋਦੀ ਮੀਡੀਆ ਵਾਲਿਆਂ ਨੇ ਉਹ ਖਾਲਸਾ ਏਡ ਪੂਰੀ ਨਿਗਾਹ ਤਕਰੀਬਨ 50 ਮੁਲਕਾਂ ਦੇ ਵਿੱਚ ਜਿਹੜੇ ਤੁਸੀਂ ਵੀਰੋ ਬੜਾ ਪੜ੍ਹਾ ਲਿਖਾ ਕੇ ਨੌਜਵਾਨ ਭਰਾ ਜਾਂ 1880 ਇਹਨੂੰ ਮੰਨ ਲਿਆ ਜਾਵੇ, ਇਹ ਪੰਜਾਬੀਆਂ ਦੀ ਪਹਿਲੀ ਛਾਉਣੀ ਬਣ ਗਿਆ ਛਾਉਣੀ। ਇਸ ਤੋਂ ਬਾਅਦ ਦੂਜੀ ਛਾਉਣੀ ਪੰਜਾਬ ਤੇ ਹਰਿਆਣੇ ਨੇ ਰਲ ਕੇ ਕੁੰਡਲੀ ਬਾਰਡਰ ਤੋਂ ਨਾਲ ਦੇ ਬਾਰਡਰ ਤੇ ਜਾ ਕੇ ਜਿਹਨੂੰ ਟਿਕਰੀ ਬਾਰਡਰ ਕਹਿੰਦੇ ਆ ਉੱਥੇ ਮਾਰੀ। ਤੀਜੀ ਛਾਉਣੀ ਉੱਤਰਾਖੰਡ ਦੇ ਕਿਸਾਨਾਂ ਨੇ ਨਾਲ ਯੂਪੀ ਦੇ ਕਿਸਾਨਾਂ ਨੂੰ ਲੈ ਕੇ ਗਾਜ਼ੀਪੁਰ ਬਾਰਡਰ ਤੇ ਮਾਰ ਲਈ। ਇੱਥੇ ਯੂਪੀ ਦੇ ਪੰਜਵੀਂ ਛਾਉਣੀ ਪੈ ਗਈ। ਦੁਨੀਆ ਦੇ ਇਤਿਹਾਸ ਦੇ ਵਿੱਚ ਇੱਡਾ ਤਗੜਾ ਘੇਰਾ ਕਿਸੇ ਮੁਲਕ ਦੀ ਰਾਜਧਾਨੀ ਨੂੰ ਨਹੀਂ ਪਿਆ। ਇਹ ਤੁਸੀਂ ਪਾਇਆ ਪੰਜਾਬੀ ਹੋ ਤੁਸੀਂ